दोस्तों, अगर तुसी रोजाना कबड्डी के नवे मैचेस या नवी वीडियोस देखना चाहते हो तो पाकिस्तान का सब तो वड्डा कबड्डी का इश्क यूट्यूब चैनल लाजमी सबसक्राइब करो और इस दे नाल बैल दे आइकान नूं भी दबा दिओ ताकि हर नवी आने वाली वीडियो का नोटिफिकेशन तुहानूं मिलदा रहे। लेके जी लेके जिहड़े दोस्त हुंदे उहनां दे नाम
ठीक हो गया जरा बड़ी मेहरबानी साढ़े वास्ते मियां ऑर्डर करती है तो 500 रुपया बहुत ज्यादा प्यार होता है बड़ी मेहरबानी और देखो जरा छोटा मानना पॉइंट लग गया जी तो इना कबड्डियों के तिना तिना कबड्डियों के 1000 रुपया जरा 4400 रुपया सेल की करवा जेड़े भी खिलाड़ी तक लगे तिना कबड्डियों के 1000 रुपया अगर ना डटेंगे तो इस खिलाड़ियों का जी बड़ी मेहरबानी जी Thank you.
ਬੜੀ ਮਿਹਰਬਾਨੀ ਜੀ ਕਾਕਾ ਜੀ ਦੀ ਤਰਫੋਂ ਜਾਣਾ ਸਟੇਟ ਦੀ ਇੱਕ ਮਿਹਰਬਾਨੀ ਪਿਆਰ ਜਰਮੀਨ ਦੇ ਨਾਲ ਮਾਸ਼ਾਅੱਲਾ ਇਰਫਾਨ ਨਾਨਾ ਜੱਟ ਨੇ ਪਾਣੀਆਂ ਬਾਬਾ ਜੀ ਦੀ ਤਰਫੋਂ 500 ਰੁਪਿਆ 500 ਰੁਪਿਆ ਸਲੀਮ ਗੁਜਰ ਜੀ ਦੇ 299 ਵਾਲੇ 500 ਰੁਪਿਆ ਸਾਜ਼ ਜੱਟ ਨੇ ਜੀ ਅੱਜ ਪਿਆਰ ਮੁਹੰਮਦ ਸਰਵੀਰ ਦੇ ਨਾਲ ਜੀ ਇਰਫਾਨ ਨਾਨਾ ਜੱਟ ਜੀ 500 ਰੁਪਿਆ ਜੀ ਦੀ ਔਰੰਗ ਜ਼ੇਬ ਜੀ ਵੱਲੋਂ 500 ਰੁਪਿਆ ਜਨਾਬ ਅੱਜ ਤਾਰੀਖ ਪਰ ਅੰਗਲੈਂਡ ਵਾਲੇ ਜ਼ਿੰਦਾ ਤਾਬਰ ਦੇ ਨਾਲ ਕਾਕਾ ਜੀ ਦੀ ਤਰਫੋਂ ਬਹੁਤ ਬਹੁਤ ਸ਼ੁਕਰੀਆ ਇਰਫਾਨ ਨਾਨਾ ਵਾਸਤੇ ਵੀਰ ਵਾਸਤੇ ਸਾਡੇ ਸਮਾਨ ਪਰਮਾਨਾ ਸਾਹਿਬ ਬੜੀ ਮਿਹਰਬਾਨੀ ਗੁਰਮੁਖ ਦੇ ਸ਼ਹਿਜ਼ਾਦੇ ਵੀਰ ਜੀ ਅੱਜ ਜ਼ਿੰਦਾ ਤਾਬਰ ਜੀ आ जा आ जा आ बंदा भेज दिया। अरे हाय हाय आ गया फिर
ਸਤਿ ਸ਼੍ਰੀ ਅਕਾਲ ਜੀ ਬੜੀ ਮਿਹਰਬਾਨੀ ਉਹ ਇਸ ਦੇ ਵੀਰ ਦੀ ਫਿਰ ਮਦਦ
5000 ਰੁਪਿਆ 30 ਕਿਲੋ ਵੇਚੀ ਤੁਹਾਡੇ ਚੱਕੇ ਦੇ ਅਗਰ ਨਾ ਹੋਇਆ ਤਾਂ ਤੁਹਾਡਾ ਮੈਚ ਤੋਂ ਬਾਹਰ ਜੀ ਜੀ ਅਤੀ ਇੰਗਲੈਂਡ ਵਾਲੇ ਵੀਰ ਦੀ ਤਰਫੋਂ 5000 ਰੁਪਿਆ ਲੱਗਿਆ ਅਗਰ ਤੁਹਾਨੂੰ ਲੈ ਕੇ ਜਾਈ ਬਰਕਤਾਂ ਦੇ ਪੈਸੇ ਜੀ ਆਪਾਂ ਨੇ ਕਿਹਾ ਬਹੁਤ ਜ਼ਿਆਦਾ ਸ਼ੁਕਰੀਆ ਮਾਨੇ ਭਾਈ 500 ਰੁਪਿਆ ਬਹੁਤ ਜ਼ਿਆਦਾ ਸ਼ੁਕਰੀਆ ਜੀ चल रहा है मुकाबला जी जी आ गया जी शहजादा कमल पोकर जी जी तगड़ा जब होता है देखेंगे इस स्कैंडल का समा घड़ी कर दी है टिक टिक बड़ी हुई लत लगते हुए शोर सी ओए हाय नहीं फट लगया मारो शोरदार तारीफ नहीं बात वास्ते कुछ नहीं होता तेन दियां मजां दे पट्ठे फड़ लेना तेन क्यों लाला स्टेज के एंड स्टेज के आई हाय तगड़ा मुकाबला
बड़ी मेहरबानी जी, बाल का फैसला खत्म। बेटा बेटा मैच स्कोर देने का करो
ਸ਼ਹਿਰਾਮ ਸਾਜਰ ਲੋਟ ਕੇ ਜੀ ਅੱਗੇ ਜਾਪੀ ਲੱਗਿਆ ਜੀ ਦੇਖੋ ਕੀ ਬਣਦਾ ਨਫੀਸ ਕੁਚਾ ਕੁਚਰਾ ਦਾ ਪੁੱਤਰਾ ਜੀ ਆਉਂਦਾ ਅੱਗੇ ਜੀ ਨਫੀਸ ਕੁਚ ਜੀ ਅੱਛਾ ਜੀ ਅਜੇ ਤੇ ਮਸਾਇ ਨਫੀਸ ਕੁਚ ਲਾ ਗਿਆ 5000 ਰੁਪਏ ਜੀ ਚਾਹੇ ਸਲੀਮ ਕੁਚਰ ਜੀ 299 ਵਾਲੇ ਉਹਨਾਂ ਦੀ ਤਰਫੋਂ 5000 ਰੁਪਿਆ ਨਫੀਸ ਕੁਚ ਵਾਸਤੇ ਬਹੁਤ ਜ਼ਿਆਦਾ ਸ਼ੁਕਰੀਆ ਬੜੀ ਮਿਹਰਬਾਨੀ ਜੀ ਅੱਲਾ ਜੀ ਫਿਰ ਪੁੱਛਣਾ ਸਾਥ ਆਇਆ ਜੀ ਇਹ ਪਾਕਿਸਤਾਨ ਦਾ ਮਾਣ ਪੁਰਾਣਾ ਰੱਖਣਾ ਬੜੀ ਮਿਹਰਬਾਨੀ ਜੀ ਨੰਬਰ ਵਾਲੇ ਸਾਡੇ ਵੀਰਾਂ ਨੂੰ ਬਹੁਤ ਜ਼ਿਆਦਾ ਜੀ ਸਲੀਮ ਕੁਚੇ ਜੀ ਤੋਂ ਸਰਕਾਰ ਵੀ ਆਣੇ ਦੀ ਤਰਫੋਂ 5000 ਰੁਪਿਆ ਜੀ ਨਫੀਸ ਦੇ ਚਲ ਵਾਸਤੇ ਜੀ ਮੀਆਂ ਅਰਮ ਸਰ ਦੀ ਤਰਫੋਂ 5000 ਰੁਪਿਆ ਅਗਰ ਸ਼ਕੀਲਾ ਛੱਡ ਚੱਪਾ ਮਾਰੋ ਜੀ ਕੋਈ ਕੋਈ ਚੀਜ਼ ਜੱਟ ਜੋ ਵੀ ਹੁੰਦਾ ਦੇਖੀ ਉਹ ਵੱਡਿਆ ਜਾਵੇ ਭਾਵੇਂ ਚੱਪਾ ਮਾਰ ਦੇ ਮੈਂ ਤੈਨੂੰ ਕਹਿੰਦਾ ਮੀਆਂ ਥੀਮ 5000 ਰੁਪਿਆ ਦੇਣਗੇ ਮੀਆਂ ਅਰਮ ਸਰ ਥੀਮ ਜੀ ਸ਼ਕੀਲੇ ਛੱਡ ਵਾਸਤੇ 5000 ਰੁਪਿਆ ਮੰਗ ਕੇ ਜੋ ਜੋ ਕੋਈ ਨਹੀਂ ਚੱਪਾ ਮਾਰ ਦੇਵੇ ਕੀ ਬਾਤ ਹੈ ਜੀ ਅੱਲਾ ਜੀ ਫਿਰ ਮਾਣ ਆਇਆ ਛੋਟੇ ਰੇਟ ਤੇ ਦੇਖਾਂਗੇ ਕਿਹਦੇ ਨਾਲ ਹੁੰਦੀ ਹੈ ਟੱਕਰ ਤਕੜੇ ਸੱਟ ਦੇ ਵਿੱਚ ਜੀ ਆਏ ਹਾਏ ਜੀ ਅਸਰਾਰ ਗੁਜਰ ਲੱਗਿਆ ਜੀ ਵੱਜ ਕੇ ਲੱਗਿਆ ਹੋਇਆ ਮਾਣੇ ਦੇ ਨਾਲ ਟੱਕਰ ਹੋਈ ਹੋਈ ਆ ਬਹਿ ਜਾ ਹੋਈ ਕਈ ਆ ਦੇਖਾਂਗੇ ਆਏ ਅਮਨ ਲੈ ਗਿਆ ਮਾਣਾ ਛੋਟਾ ਪੁਆਇੰਟ ਜੀ ਕੀ ਬਾਤ ਹੈ ਜੀ ਅੱਛਾ ਪੁਆਇੰਟ ਹਾਸਲ ਕੀਤਾ ਜੀ ਇਹ ਛੋਟੇ ਮਾਣੇ ਨੇ ਜੀ ਅੱਲਾ ਜੀ ਮਜ਼ਮਤ ਕੋਟਾ ਫਿਰ ਰੇਟ ਤੇ ਬਿਲਕੁਲ ਤਿਆਰ ਚਾਰ ਜਾਤੀਆਂ ਤੇ ਪਾਉਂਦਾ ਹੋਇਆ ਕਬੱਡੀ ਲੋਕ ਕਹਿੰਦੇ ਸੀ ਕਿ ਰਲ ਕੇ ਖੇਡਦੇ ਆ ਰਲ ਕੇ ਖੇਡਦੇ ਆ ਕਿ ਸਹੀ ਖੇਡਦੇ ਆ ਫਿਰ ਤਾਂ ਤੁਸੀਂ ਕਰਨਾ ਆ ਬਹੁਤ ਸਾਰੇ ਤਾੜੀਆਂ ਜ਼ੋਰ ਦਾ ਤਾੜੀਆਂ ਅਲਹਮਦੁਲਿਲਾ ਅੱਛਾ ਮੈਚ ਹੋ ਰਿਹਾ ਔਰ ਦੇਖੋ ਨੱਚਦਾ ਟੱਪ ਦਾ ਮਜ਼ਮਲ ਬੁੱਢਾ ਨਹੀਂ ਨਹੀਂ ਬਾਟ ਨੂੰ ਟੱਚ ਮਾਰ ਕੇ ਗਿਆ ਜੀ ਬਹੁਤ ਤਗੜਾ ਪੁਆਇੰਟ ਹਾਸਲ ਕੀਤਾ ਜੀ ਰੇਡ ਪਾਉਣ ਵਾਸਤੇ ਚਾਪਰ ਕੰਗੋ ਫਿਰ ਦੁਬਾਰੇ ਦੇ ਗਈ ਗਿਆ ਜੀ ਚਾਪਰ ਕੰਗੋ ਬਾਬਾ ਜੀ ਤਗੜਾ ਕਬੱਡਰ ਅਗਲੀ ਸਾਈਡ ਤੇ ਤਗੜੇ ਸਟਾਪਰ ਜੀ ਆਉਣ ਲੱਗਾ ਜੀ ਨਫੀਸ ਗੁਜਰ ਲੇਕਿਨ ਚਾਪਰ ਕੰਗੋ ਪੁਆਇੰਟ ਲੈ ਗਿਆ ਜੀ ਚਕੀਲਾ ਜੱਟ ਅਗਰ ਕੋਈ ਵੀ ਚੱਪਾ ਮਾਰੇ ਮੀਆਂ ਔਰੰਗਜ਼ੇਬ ਟੀਮ ਦੀ ਤਰਫੋਂ 5000 ਰੁਪਇਆ ਲੋ ਜੀ ਫਿਰ ਸ਼ਹਿਜ਼ਾਦਾ ਕਬੱਡੀ ਟੋਕਰ ਉੱਡਣਾ ਸਾਫ ਸਾਫ ਮੈਦਾਨ ਦੇ ਵਿੱਚ